ਹਾਂਜੀ ਸਟੂਡੈਂਟਸ ਅੱਜ ਅਸੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਬੀਏ ਬੀਐਸਸੀ ਸੈਮੈਸਟਰ 4 ਸਟੈਟਿਕਸ ਅotha ਚੈਪਟਰ ਨੰਬਰ 5 ਮੂਮੈਂਟਸ ਸਟਾਰਟ ਕਰਨ ਲੱਗੇ ਹਾਂ ਸੋ ਥੋੜੇ ਜਿਹਾ ਅਸੀਂ ਉਹਦੇ ਬੇਸਿਕ ਸਿੱਖਾਂਗੇ ਮੂਮੈਂਟ ਮੂਮੈਂਟ ਦਾ ਫਾਰਮੂਲਾ ਹੈਗਾ ਫੋਰਸ ਇੰਟੂ ਪਰਪੈਂਡੀਕੂਲਰ ਡਿਸਟੈਂਸ ਚਾਹੇ ਕਹਿ ਲੋ ਫੋਰਸ ਇੰਟੂ ਡਿਸਪਲੇਸਮੈਂਟ ਚਾਹੇ ਕਹਿ ਲੋ ਫੋਰਸ ਇੰਟੂ ਪਰਪੈਂਡੀਕੂਲਰ ਡਿਸਟੈਂਸ ਉਹਨੂੰ ਅਸੀਂ ਡਿਨੋਟ ਕਰਾਂਗੇ f ਇੰਟੂ স্মਲ p ਮੂਵਮੈਂਟ ਆਫ ਅ ਫੋਰਸ f ਅਬਾਊਟ ਪੁਆਇੰਟ o ਇਸ ਇਕੁਅਲ ਟੂ ਫੋਰਸ ਇੰਟੂ ਪਰਪੈਂਡੀਕੂਲਰ ਡਿਸਟੈਂਸ p ਜਿੱਦਾਂ ਕਿ ਆ ਡਾਇਗ੍ਰਾਮ ਚ ਆਪਾਂ ਦੇਖ ਰਹੇ ਹਾਂ ਇੱਧਰ ਨੂੰ ਫੋਰਸ ਅਪਲਾਈ ਹੋ ਰਹੀ ਆ f ਇਸ 5.0 ਦੇ ਅਬਾਊਟ ਅਸੀਂ ਮੂਮੈਂਟ ਲਵਾਂਗੇ ਇਹ ਡਿਸਟੈਂਸ ਸਪੋਜ਼ ਕਰੋ ਜੇ ਐਸ ਐ ਜਾਂ ਸਪੋਜ਼ ਕਰੋ ਪੀ ਆ ਤਾਂ ਫਾਰਮੂਲਾ ਕੀ ਹੋ ਗਿਆ ਫੋਰਸ ਇੰਟੂ ਜਿਸ ਪਰਪੈਂਡੀਕਲ ਡਿਸਟੈਂਸ স্মਲ ਪੀ ਐਫ ਇੰਟੂ ਪੀ ਇੱਕ ਚੀਜ਼ ਨੋਟ ਕਰਨ ਵਾਲੀ ਆ ਕਿ ਜੇ ਡਾਇਰੈਕਸ਼ਨ ਐਂਟੀਕਲੌਕਵਾਇਜ਼ ਹੋਏਗੀ ਤਾਂ ਪੋਜ਼ਿਟਿਵ ਲੈਣਾ ਮੂਮੈਂਟ ਜੇ ਕਲੌਕਵਾਇਜ਼ ਡਾਇਰੈਕਸ਼ਨ ਹੋਏਗੀ ਟਿੰਜੈਕਟਿਵ ਲੈਣਾ ਇਸ ਕੇਸ ਵਿੱਚ ਜਿੱਦਾਂ ਇਹ ਫੋਰਸ ਲੱਗ ਰਹੀ ਆ ਇਹਨੂੰ ਅਸੀਂ ਇਹਦੇ ਅਬਾਊਟ ਰੋਟੇਟ ਕਰਨਾ ਤੇ ਰੋਟੇਟ ਕਿਵੇਂ ਹੋਊਗਾ ਐਂਟੀ ਕਲੌਕਵਾਈਜ਼ ਥਿਸ ਡਾਇਰੈਕਸ਼ਨ ਕਲੌਕਵਾਈਜ਼ ਇਹ ਕਿਦਾਂ ਰੋਟੇਟ ਹੋਏਗਾ ਕਲੋ ਐਂਟੀ ਕਲੌਕਵਾਈਜ਼ ਸੋ ਮੂਵਮੈਂਟ ਹੋਏਗਾ ਪੋਜ਼ਿਟਿਵ ਹੁਣ ਮੈਂ ਐਕਸਰਸਾਈਜ਼ ਤੇ ਆਨਾ ਸਭ ਤੋਂ ਪਹਿਲਾਂ ਫਰਸਟ ਕੁਐਸਚਨ ਨੂੰ ਧਿਆਨ ਦੇ ਨਾਲ ਰੀਡ ਕਰੋ ਨਾਲ ਡਾਇਗਰਾਮ 기ਵਨ ਹੈ ਐਕਸ ਐਕਸਿਸ ਵਾਈ ਐਕਸਿਸ ਇੱਕ ਫੋਰਸ ਸਪਲਾਈ ਹੋ ਰਹੀ ਨੀਚੇ ਨੂੰ ਨੀਚੇ ਨੂੰ ਫੋਰਸ ਸਪਲਾਈ ਹੋ ਰਹੀ ਹੈ 20 ਨਿਊਟਨ ਓਕੇ okay. e e e A ਤੋਂ A ਡਿਸਟੈਂਸ 5 ਮੀਟਰ ਐਂਗਲ 45 ਡਿਗਰੀ ਇਹ 기ਵਨ ਹੈ ਤੇ ਪੁੱਛਿਆ ਕੀ ਆ ਡਿਟਰਮਨ ਦਾ ਮੂਮੈਂਟ ਆਫ ਥਿਸ ਫੋਰਸ ਅਬਾਊਟ ਓਰੀਜਿਨ ਹਾਂਜੀ ਫਸਟ ਕੁਐਸਚਨ ਹੈ ਆ ਅਸੀਂ ਇਸ 20 ਨਿਊਟਨ ਫੋਰਸ ਦਾ ਮੂਮੈਂਟ ਫਾਈਂਡ ਕਰਨਾ ਅਬਾਊਟ ਪੁਆਇੰਟ O ਇਹ ਸਾਨੂੰ ਆਖਿਆ ਗਿਆ ਤੇ ਇਹ ਆਪਾਂ ਹੁਣ ਫਾਈਂਡ ਕਰਾਂਗੇ ਦੋ ਚੀਜ਼ਾਂ ਦੀ ਲੋੜ ਹੈ ਸਾਨੂੰ ਇੱਕ ਤਾਂ ਫੋਰਸ ਉਹ ਆਪਾਂ ਨੂੰ 기ਵਨ ਹੈ 20 ਨਿਊਟਨ ਇੱਕ ਜਿਹਦੇ ਅਬਾਊਟ ਮੂਮੈਂਟ ਲੈਣਾ ਉਸ ਪੁਆਇੰਟ ਤੋਂ ਉਸ ਫੋਰਸ ਦੇ ਉੱਪਰ ਪਰਪੈਂਡੀਕਲ ਡਿਸਟੈਂਸ ਚਾਹੀਦਾ ਇਹ 기ਵਨ ਨਹੀਂ ਸੀ ਅਸੀਂ ਡਰਾ ਕਰ ਲਿਆ ਮੈਂ ਫੇਰ ਰਿਪੀਟ ਕਰ ਰਿਹਾ ਇੱਕ ਫੋਰਸ 기ਵਨ ਹੈ ਠੀਕ ਹੈ ਅ ਡਾਊਨਵਰਡ ਫੋਰਸ 기ਵਨ ਹੈ ਉਹ ਦੇਬਾਊਟ ਮੂਵਮੈਂਟ ਲੈਣਾ ਅਸੀਂ ਕੀ ਕਰਨਾ ਉਸ O ਤੋਂ ਇਸ ਲਾਈਨ ਆਫ ਐਕਸ਼ਨ ਦੇ ਉੱਪਰ ਇੱਕ ਪਰਪੈਂਡੀਕੂਲਰ ਡਰਾ ਕਰਨਾ ਠੀਕ ਹੈ ਉਹ ਅਸੀਂ ਡਰਾ ਕਰਤਾ OL ਠੀਕ ਤੇ ਮੂਵਮੈਂਟ ਦਾ ਫਾਰਮੂਲਾ ਆਪਾਂ ਹੁਣ ਅਪਲਾਈ ਕਰਾਂਗੇ ਮੂਵਮੈਂਟ ਆਫ 20 ਨਿਊਟਨ ਫੋਰਸ ਅਬਾਊਟ O ਕੀ ਸੀ ਫਾਰਮੂਲਾ ਫੋਰਸ 기ਵਨ ਹੈ 20 ਨਿਊਟਨ ਇੰਟੂ OL परपेंडिकुलर डिस्टेंस वेयर OL परपेंडिकुलर वेयर OL इज परपेंडिकुलर डिस्टेंस टू लाइन ऑफ एक्शन ऑफ फोर्स ਜਿੱਦਾਂ ਕਿ ਮੈਂ ਪਹਿਲਾਂ ਸਮਝਾ ਚੁੱਕਿਆ ਹਾਂ ਇਹ ਆ ਹੁਣ ਸਾਡੇ ਕੋਲ 네ਗੇਟਿਵ ਸਾਈਨ ਤਾਂ ਲਗਾਇਆ ਕਿਉਂਕਿ ਇਹਦੀ ਡਾਇਰੈਕਸ਼ਨ ਕਲॉकवाइज ਹੋਏਗੀ ਹੁਣ ਇਹਨੇ ਇਧਰ ਕਿਤੇ ਜਾਣਾ ਨਹੀਂ ਘੁਮਣਾ ਇਹ O ਦੇ ਅਬਾਊਟ ਰੋਟੇਟ ਕਰੇਗਾ ਇਹਦੀ ਡਾਇਰੈਕਸ਼ਨ ਡਾਊਨਵਰਡ ਆ ਫੋਰਸ ਦੀ ਸੋ ਇਹਨੇ ਕਲॉकवाइज ਰੋਟੇਟ ਕਰਨਾ ਇਸ ਕਰਕੇ ਅਸੀਂ sin ਦਾ ਲਗਾਇਆ ਹੁਣ ਸਾਨੂੰ OL ਪਰਪੈਂਡੀਕਲ ਦੱਸਣਾ ਚਾਹੀਦਾ ਇਸ ਰਾਈਟ ਐਂਗਲ ਟ੍ਰਾਇੰਗਲ ਚੋਂ ਅਸੀਂ OL ਫਾਈਂਡ ਕਰ ਸਕਦੇ ਹਾਂ ਬੜੇ ਈਜ਼ੀਲੀ ਇਸ 45 ਦੇ ਸਾਹਮਣੇ ਵਾਲੇ ਸਾਈਡ ਪਰਪੈਂਡੀਕੂਲਰ ਓਕੇ ਇਹ ਸਾਡਾ ਹੋ ਗਿਆ ਬੇਸ ਇਹ ਹੋ ਗਿਆ ਪਰਪੈਂਡੀਕੂਲਰ ਸੌਰੀ ਇਹ ਹੋ ਗਿਆ ਪਰਪੈਂਡੀਕੂਲਰ ਇਹ ਹੋ ਗਿਆ ਪਰਪੈਂਡੀਕੂਲਰ ਇਹ ਹੋ ਗਿਆ ਬੇਸ ਇਹ ਹੋ ਗਿਆ ਹਾਈਪੋਟੈਨਿਊਸ ਤੇ ਇਹਦੀ ਹੈਲਪ ਦੇ ਨਾਲ ਅਸੀਂ Uh, sin 45 o l over o e ਬੜੀ इजीली ਤੁਸੀਂ ਹੁਣ ਇਥੋਂ o l ਫਾਇੰਡ ਕਰ ਸਕਦੇ ਆਂ ਫੇਲੀ ਪੁੱਟ ਕਰਕੇ ਉਹ ਆ ਗਿਆ 5 over √2 ਉਹਨੂੰ ਅਸੀਂ ਇੱਕ ਨੰਬਰ ਇਕੁਏਸ਼ਨ ਚ ਪੁੱਟ ਕਰ ਦਾਂਗੇ ਉਹ ਸਾਡੇ ਕੋਲ ਮੂਵਮੈਂਟ ਆਫ 20 ਨਿਊਟਨ ਅਬਾਊਟ ਉਹ ਆ ਗਿਆ -100 over √2 ਨਿਊਟਨ ਮੀਟਰ ਫੋਰਸ ਇੰਟੂ ਪਰਪੈਂਡੀਕਲ ਡਿਸਟੈਂਸ ਫੋਰਸ ਨਿਊਟਨ ਚ 기ਵਨ ਹੈ ਜੋਸਟੈਂਸ ਮੀਟਰ ਚ গিਵਨ ਹੈ ਸੋ ਆ ਗਿਆ ਆਨਸਰ ਨਿਊਟਨ ਮੀਟਰਸ ਯੂਨਿਟ ਆ ਗਿਆ ਅਸੀਂ ਅੰਡਰ ਰੂਟ 2 ਨਾਲ ਮਲਟੀਪਲਾਈ ਨੇ ਅੰਡਰ ਰੂਟ ਨੇ ਡਿਵਾਈਡ ਕਰਕੇ ਵੀ ਆਨਸਰ ਕੈਲਕੂਲੇਟਰ ਕਰ ਸਕਦੇ ਹਾਂ ਹੁਣ ਅਸੀਂ ਸੈਕੰਡ ਕੁਐਸਚਨ ਕਰਾਂਗੇ ਦਾ ਡਾਇਰੈਕਟਰ ਸੈਗਮੈਂਟ ਜੁਆਇਨਿੰਗ ਹਰੀਜ਼ਨ 2.2 ਕੰਪਲੀਟਲੀ ਰਿਪਰਜ਼ੈਂਟਸ ਫੋਰਸ ਫਾਈਂਡ ਪੁਆਇੰਟ ਓਨ ਐਕਸ ਐਕਸਿਸ ਅਬਾਊਟ ਵਿਚ ਮੂਮੈਂਟ ਆਫ ਫੋਰਸ ਇਜ਼ 10 ਜੂਲਟ ਇਹਨੂੰ ਹੁਣ ਅਸੀਂ ਕੈਲਕੂਲੇਟ ਕਰਾਂਗੇ ਠੀਕ ਹੈ ਜੀ ਆ ਦੇਖੋ ਇਹ ਸੈਂਟਰੀ ਡਾਇਗਰਾਮ ਹੈ 2 2 ਪੁਆਇੰਟ ਇਹ ਇਹ ਹੋ ਗਿਆ ਐਕਸ ਐਕਸਿਸ ਇਹ ਹੋ ਗਿਆ ਵਾਈ ਐਕਸਿਸ ਇਹ origin 2 2 ਪੁਆਇੰਟ ਤੁਹਾਨੂੰ ਪਤਾ ਕਿ ਐਕਸ ਐਕਸਿਸ ਵੱਲ ਵੀ 2 ਡਿਸਟੈਂਸ ਤੇ ਵਾਈ ਐਕਸਿਸ ਵੱਲ ਵੀ 2 ਡਿਸਟੈਂਸ ਇਹ ਪੁਆਇੰਟ ਆ ਗਿਆ ਇਹ ਵਾਲਾ a 2 2 ਜੇ ਪੁਆਇੰਟ ਸੇਮ ਹੈ ਤਾਂ ਤੁਹਾਨੂੰ ਪਤਾ ਕਿ ਇਹ 45 ਡਿਗਰੀ ਐਂਗਲ ਹੀ ਹੋਣਾ ਓਕੇ ਹੁਣ ਕੁਐਸਚਨ ਇਹ ਕੀਤਾ ਮੈਂ ਫਿਰ ਰਿਪੀਟ ਕਰ ਦਵਾਂ ਤਾਂ ਡਾਇਰੈਕਟਰ ਸੈਗਮੈਂਟ ਜੁਆਇਨਿੰਗ origin ਏ ਅਡਰੈਕਟਿਡ ਸੈਗਮੈਂਟ ਕਿਨੂੰ ਕਿਨੂੰ ਜੁਆਇਨ ਕਰਦਾ origin ਤੋਂ ਦਾ ਪੁਆਇੰਟ a22 ਇਹ ਸੈਗਮੈਂਟ ਦੀ ਗੱਲ ਹੋ ਰਹੀ ਹੈ ਓਕੇ ਹਾਂਜੀ ਫਿਰ ਕਹਿੰਦੇ ਆ ਜਿਹੜੀ ਫੋਰਸ ਹੈ ਨਾ ਕੰਪਲੀਟਲੀ ਰਿਪਰੈਜ਼ੈਂਟਸ ਫੋਰਸ ਇਹ ਜਿਹੜਾ ਡਿਸਟੈਂਸ ਹੈ ਇਹਨੂੰ ਅਸੀਂ ਫੋਰਸ ਸਪੋਜ਼ ਕਰਨਾ ਇਹ ਕੰਪਲੀਟਲੀ ਰਿਪਰੈਜ਼ੈਂਟ ਕਨੂੰ ਕਰਦੀ ਹੈ ਫੋਰਸ ਨੂੰ ਜਿੰਨਾ ਡਿਸਟੈਂਸ ਉਨੀ ਫੋਰਸ ਇਹਦਾ ਮੀਨਿੰਗ ਇਹ ਹੁੰਦਾ ਕੰਪਲੀਟਲੀ ਰੀਪਰਜੈਂਟ ਫੋਰਸ ਨੂੰ ਕਹਿੰਦਾ ਮੀਨਿੰਗ ਉਹਨਾਂ ਦਾ ਇਹ ਆ ਕਿ ਜਿੰਨਾ ਇਹ ਡਿਸਟੈਂਸ ਹੋਏਗਾ O2A ਉਨੀ ਸਾਡੀ ਫੋਰਸ ਹੋਏਗੀ ਇਸ ਕਰਕੇ ਅਸੀਂ O ਤੋਂ A ਡਿਸਟੈਂਸ ਫਾਈਂਡ ਕਰ ਲਿਆ ਓਕੇ ਡਿਸਟੈਂਸ ਫਾਰਮੂਲਾ ਲਗਾ ਕੇ x2 x1² y2 y1² ਉਹ ਸਾਡਾ ਡਿਸਟੈਂਸ ਆ ਗਿਆ ਜਿੰਨਾ ਡਿਸਟੈਂਸ ਆ ਉਨੀ ਫੋਰਸ ਆ ਇਸ ਕੁਐਸਚਨ ਦੇ ਵਿੱਚ ਹੁਣ ਉਹਨਾਂ ਕੁਐਸਚਨ ਕੀ ਕੀਤਾ ਕਹਿੰਦੇ ਕਿ ਫਾਈਂਡ ਪੁਆਇੰਟ ਔਨ ਐਕਸ ਐਕਸਿਸ ਅਬਾਊਟ ਵਿਚ ਮੂਵਮੈਂਟ ਆਫ ਅ ਫੋਰਸ ਇਜ਼ 10 ਯੂਨਿਟ ਕਹਿੰਦੇ ਐਕਸ ਐਕਸਿਸ ਤੇ ਉਹ ਪੁਆਇੰਟ ਫਾਈਨ ਕਰੋ ਜਿਹਦੇ ਅਬਾਊਟ ਮੂਵਮੈਂਟ ਲੈਣ ਤੇ ਆਨਸਰ 10 ਆ ਜਾਵੇ 10 ਯੂਨਿਟ ਆ ਜਾਵੇ ਤੇ ਮੈਂ ਕੀ ਕਰਦਾ ਮੈਂ ਐਕਸ ਐਕਸਿਸ ਤੇ ਪੁਆਇੰਟ ਇਹ ਵਾਲਾ ਸਪੋਜ਼ ਕਰ ਲਿਆ ਠੀਕ ਹੈ ਇਹ ਵਾਲਾ ਪੁਆਇੰਟ ਮੈਂ ਐਕਸ ਐਕਸਿਸ ਤੇ ਲੈ ਲਿਆ ਐਨੀ ਪੁਆਇੰਟ ਔਨ ਐਕਸ ਐਕਸਿਸ ਐਕਸ ਐਕਸਿਸ ਅਸੀਂ ਕਹਿ ਸਕਦੇ ਹਾਂ x 0 ਕਿਉਂਕਿ x ਐਕਸਿਸ ਉੱਪਰ y ਕੋਆਰਡੀਨੇਟ 0 ਹੁੰਦਾ ਤਾਂ ਸਾਡਾ ਮੇਨ ਮੋਟਿਵ ਆ ਇੱਥੇ x ਦੀ ਵੈਲਿਊ ਕੈਲਕੂਲੇਟ ਕਰਨਾ ਕਿ ਇਹ ਕਿੰਨੇ ਡਿਸਟੈਂਸ ਤੇ ਆ ਰਿਜਨ ਤੋਂ ਪੁਆਇੰਟ ਜੇ ਸਾਨੂੰ x ਮਿਲ ਗਿਆ ਸਾਨੂੰ ਇਹ ਫਿਰ ਪੁਆਇੰਟ ਮਿਲ ਜਾਣਾ ਜੋ ਸਾਨੂੰ ਪੁੱਛਿਆ ਮੈਂ ਫਿਰ ਰਿਪੀਟ ਕਰ ਦਵਾਂ ਕੁਐਸਚਨ ਇਹ ਕੀਤਾ ਫਾਈਂਡ ਪੁਆਇੰਟ ਔਨ x ਐਕਸਿਸ ਅਬਾਊਟ ਵਿਚ ਮੂਵਮੈਂਟ ਆਫ ਅ ਫੋਰਸ ਇਜ਼ ਟੈਨਜੋਨੈਂਟ ਹੁਣ ਕੁਐਸਚਨ ਇਹ ਆ ਕਹਿੰਦੇ ਇੱਕ ਉਹ ਪੁਆਇੰਟ ਫਾਈਂਡ ਕਰੋ ਜਿਹਦੇ ਅਬਾਊਟ ਇਸ ਫੋਰਸ ਦਾ ਇਸ ਫੋਰਸ ਦਾ ਫੋਰਸ ਇਜ਼ 2 ਅੰਡਰਰੂਟ 2 ਜੁਨਿਟ ਹੁਣੇ ਹੁਣੇ ਅਸੀਂ ਕੈਲਕੂਲੇਟ ਕੀਤਾ ਠੀਕ ਹੈ ਤੇ ਮੂਮੈਂਟ ਜਿਹੜਾ ਆਨਸਰ ਹੈ ਉਹ ਸਾਡਾ 10 ਆ ਜਾਵੇ ਹਾਂਜੀ ਕੀ 기ਵਨ ਹੈ ਇਟ ਇਜ਼ 기ਵਨ ਮੂਮੈਂਟ ਆਫ 2 ਅੰਡਰਰੂਟ 2 ਅਬਾਊਟ ਦਿਸ ਪੁਆਇੰਟ ਜੋ ਅਸੀਂ ਫਾਈਂਡ ਕਰਨਾ ਆਨਸਰ ਆ 10 ਹੈ 기ਵਨ ਇਅਰ ਤੇ ਹੁਣ ਮੂਮੈਂਟ ਦਾ ਫਾਰਮੂਲਾ ਕੀ ਸੀ फोर्स इनटू डिस्प्लेसमेंट फोर्स ਕਿਹੜੀ ਆ ਸਾਡੀ ਇਹ ਵਾਲੀ ਠੀਕ ਆ ਇਹ ਫੋਰਸ ਆ ਇਹਦੀ ਡਾਇਰੈਕਸ਼ਨ ਪੀ ਦੇ ਅਬਾਊਟ ਮੂਮੈਂਟ ਲੈਣਾ ਇਹਦੀ ਡਾਇਰੈਕਸ਼ਨ ਹੋਗੀ ਕਲੋਕਵਾਇਜ਼ ਸੋ ਇਸ ਕਰਕੇ ਅਸੀਂ 네ਗੇਟਿਵ ਸਾਈਨ ਯੂਜ਼ ਕੀਤਾ ਇਹ ਤਾਂ ਹੋ ਗਈ ਫੋਰਸ ਪੀ ਦੇ ਅਬਾਊਟ ਮੂਮੈਂਟ ਲੈਣਾ ਇਥੋਂ ਅਸੀਂ ਪਰਪੈਂਡੀਕੂਲਰ ਡਰਾ ਕਰਨਾ ਕਿਉਂਕਿ ਸਾਨੂੰ ਪਰਪੈਂਡੀਕੂਲਰ ਡਿਸਟੈਂਸ ਵੀ ਚਾਹੀਦਾ ਫਾਰਮੂਲਾ ਹੁੰਦਾ ਨਾ ਮੂਮੈਂਟ ਦਾ ਫੋਰਸ ਇਨਟੂ ਪਰਪੈਂਡੀਕੂਲਰ ਡਿਸਟੈਂਸ ਇਸ ਲਈ ਅਸੀਂ ਇਸ ਪੀ ਪੁਆਇੰਟ ਤੋਂ ਪਰਪੈਂਡੀਕੂਲਰ ਡਰਾ ਕੀਤਾ ਪੀ ਐਲ SCPL ਦੀ ਵੈਲਿਊ ਕੈਲਕੂਲੇਟਰ ਕਰਾਂਗੇ ਇਨ ਅ ਰਾਈਟ ਐਂਗਲ ਟ੍ਰੈਂਗਲ OLP sin 45 ਸਾਹਮਣੇ ਵਾਲਾ ਐਂਗਲ ਪਰਪੈਂਡੀਕੂਲਰ ਇਹ ਹੋ ਗਿਆ ਬੇਸ ਇਹ ਹੋ ਗਿਆ ਹਾਈਪੋਟੈਨਿਊਸ ਠੀਕ ਹੈ ਤੇ ਪਰਪੈਂਡੀਕੂਲਰ ਓਵਰ ਹਾਈਪੋਟੈਨਿਊਸ ਹਾਈਪੋਟੈਨਿਊਸ x ਆ ਉਥੋਂ ਸੀ ਕ੍ਰੋਸ ਮਲਟੀਪਲਾਈ ਕਰਕੇ sin 45 ਦੀ ਵੈਲਿਊ ਪੁੱਟ ਕਰਕੇ PL ਦੀ ਵੈਲਿਊ ਕੈਲਕੂਲੇਟ ਕਰ ਲਈ ਉਹ ਪੁੱਟ ਕਰਤੀ ਕੈਨਸਲ ਹੋ ਕੇ x ਆ ਗਿਆ -5 ਸੋ ਸਾਨੂੰ ਪੁਆਇੰਟ ਮਿਲ ਗਿਆ -5 0 ਹਾਂਜੀ ਇਸ ਤੋਂ ਬਾਅਦ ਹੁਣ ਮੈਂ ਫੋਰਥ ਕੁਐਸਚਨ ਕਰਵਾਣ ਜਾ ਰਿਹਾ ਹਾਂ ਫੋਰ ਫੋਰਸਸ ਇਕੁਅਲ ਟੂ 3 6 49 ਨਿਊਟਨਸ ਐਕਟ ਅਲੋਂਗ ਸਾਈਡ ਏ ਬੀ ਸੀ ਬੀ ਡੀ ਸੀ ਐਂਡ ਡੀ ਏ ਰਿਸਪੈਕਟਿਵਲੀ ਆਫ ਅ ਸਕੁਅਰ ਏ ਬੀ ਸੀ ਡੀ ਆਫ ਸਾਈਡ 4 ਮੀਟਰ ਇੱਕ ਸਕੁਅਰ 기ਵਨ ਹੈ ਜਿਹਦੀ ਕਿ ਇਹ ਚ ਸਾਈਡ 4 ਮੀਟਰ ਆ ਫਿਰ ਸਾਨੂੰ ਫੋਰਸਿਸ 기ਵਨ ਆ 3 ਲੱਗਦੀ ਆ AB ਸਾਈਡ ਵੱਲ ਡਾਇਰੈਕਸ਼ਨ ਸੇਮ ਰੱਖਣੀ ਜਿੱਧਰ ਨੂੰ ਕਿਹਾ ਗਿਆ 6 ਲੱਗਦੀ ਆ C2B ਵੱਲ 4 ਲੱਗਦੀ ਆ D2C ਵੱਲ 9 ਨਿਊਟਨ ਲੱਗਦੀ ਆ D2A ਵੱਲ ਫਾਈਂਡ ਅਲਜਬ੍ਰਿਕ ਸਮ ਆਫ देयर ਮੂਵਮੈਂਟਸ ਅਬਾਊਟ ਸੈਂਟਰ ਆਫ ਸਕੁਅਰ ਐਂਡ ਅਬਾਊਟ A ਦੋ ਪਾਰਟ ਆ ਇਸ ਕੁਐਸਚਨ ਦੇ ਪਹਿਲਾਂ ਅਸੀਂ ਅਲਜਬ੍ਰਿਕ ਸਮ ਆਫ देयर ਮੂਵਮੈਂਟਸ ਅਬਾਊਟ O ਫਾਈਂਡ ਕਰਾਂਗੇ ਸੈਂਟਰ ਦੇ ਅਬਾਊਟ ਫਾਈਂਡ ਕਰਾਂਗੇ ਸਾਰੀਆਂ ਫੋਰਸਸ ਦਾ ਪਹਿਲਾਂ 3 ਦਾ ਮੂਮੈਂਟ ਲਾਵਾਂਗੇ ਸੈਂਟਰ ਦੇ ਅਬਾਊਟ ਫਿਰ 6 ਦਾ ਲਾਵਾਂਗੇ ਫਿਰ 4 ਦਾ ਲਾਵਾਂਗੇ ਫਿਰ 9 ਦਾ ਲਾਵਾਂਗੇ ਫਿਰ ਸਾਰਿਆਂ ਦਾ ਅਲਜਬਰਿਕ ਸੰਮ ਕਰਾਂਗੇ ਉਹ ਆਨਸਰ ਆਏਗਾ ਐਦਾਂ ਹੀ ਫਿਰ ਅਸੀਂ a ਦੇ ਅਬਾਊਟ ਮੂਮੈਂਟ ਲੈਣਾ ਪਹਿਲਾਂ 3 ਫੋਰਸ ਦਾ ਫਿਰ 6 ਦਾ ਫਿਰ 4 ਦਾ ਫਿਰ 9 ਦਾ ਤੇ ਉਹਨਾਂ ਦਾ ਸੰਮ ਕਰਾਂਗੇ ਇਹ ਆ ਕੁਐਸਚਨ ਨੰਬਰ 4 ਹਾਂਜੀ ਦੇਖੋ ਅਸੀਂ ਇੱਕ ਸਕੁਅਰ ਡਰਾ ਕਰ ਲਿਆ ਠੀਕ ਹੈ ਜੀ ਇਹ ਹੋ ਗਿਆ A B C D ਇੱਕ ਸਕੁਅਰ ਆ ਇਹਦੀ ਹਰ ਇੱਕ ਸਾਈਡ ਜਿਹੜੀ ਆ ਉਹ 4 ਮੀਟਰ ਆ A B V B, B C V C D V ਤੇ D A V 4 ਮੀਟਰ ਹੁਣ ਜੀ ਇਹ 4 ਮੀਟਰ ਆ ਇੱਥੇ ਇਹਦਾ ਸੈਂਟਰ ਸਪੋਜ਼ ਕਰ ਲਿਆ ਕਿਉਂਕਿ ਟੋਟਲ 4 ਮੀਟਰ ਆ ਇਸ ਕਰਕੇ 2 ਇਧਰ ਰਹਿ ਗਿਆ 2 ਇਧਰ ਰਹਿ ਲਿਆ ਠੀਕ ਹੈ ਜੀ ਇਹਨੂੰ ਅਸੀਂ O L ਕਹਿੰਦਾ ਇਦਾਂ ਹੀ A ਹਾ ਹਾਫ ਹੋ ਗਿਆ ਟੋਟਲ ਫੋਰਸ ਸੀ ਟੂ ਇਧਰ ਰਹਿ ਗਿਆ ਟੂ ਇਧਰ ਰਹਿ ਗਿਆ ਇਹਨਾਂ ਨੂੰ ਸੀ ਰਨਰੋਲ ਕਰ ਲਿਆ ਇਦਾਂ OL OM OL-OM- ਠੀਕ ਹੈ ਜੀ ਫਿਰ 기ਵਨ ਸੀ ਆਪਾਂ ਨੂੰ ਕਿ ਇੱਕ ਫੋਰਸ 3 ਕਿਧਰ ਲੱਗਦੀ ਆ along AB 3 ਫੋਰਸ ਲੱਗ ਰਹੀ ਆ ਜੀ ਆ ਦੇਖੋ ਇਹ ਉਹਨੂੰ ਆਪਾਂ along A ਟੂ B ਕਰਤਾ ਫਿਰ ਉਹਨਾਂ ਕਿਹਾ ਸੀ 6 ਫੋਰਸ ਐਕਟ ਕਰਦੀ ਆ C ਟੂ B ਵੱਲ ਇਹਦਾ ਐਰੋ ਸੀ نیچے ਨੂੰ ਕਰ ਦਿੱਤਾ نیچے ਨੂੰ ਐਰੋ ਪਾ ਦਿੱਤਾ ਇਦਾਂ ਹੀ ਉਹਨਾਂ ਕਿਹਾ ਸੀ ਕਿ 4 ਨਿਊਟਨ ਫੋਰਸ ਲੱਗਦੀ ਆ D ਟੂ C ਵੱਲ ਅਸੀਂ D ਤੋਂ C ਵੱਲ ਡਾਇਰੈਕਸ਼ਨ ਕਰਤੀ ਇਦਾਂ ਕਿਹਾ ਸੀ ਕਿ 9 D ਇਹ ਵੱਲ ਅਸੀਂ ਉਹਦਾ ਐਰੋ ਨੀਚੇ ਬਣਾਤਾ 9 ਨਿਊਟਨ ਫੋਰਸ ਲੱਗਦੀ ਆ ਤੇ ਹੁਣ ਅਸੀਂ ਕਰਨਾ ਕੀ ਹੈ ਅਲਜੈਬਰਿਕ ਸਮ ਆ ਮੂਮੈਂਟ ਆਫ ਫੋਰਸਸ ਅਬਾਊਟ O ਸੈਂਟਰ ਦੇ ਅਬਾਊਟ ਕੀ ਸੀ ਫਾਰਮੂਲਾ ਮੂਮੈਂਟ ਲੈਣ ਦਾ ਪਹਿਲਾਂ ਅਸੀਂ 3 ਦਾ ਲਵਾਂਗੇ ਮੂਮੈਂਟ ਫੋਰਸ ਇੰਟੂ ਪਰਪੈਂਡੀਕੂਲਰ ਡਿਸਟੈਂਸ ਇਹ ਹੋਗੀ ਫੋਰਸ 3 ਨਿਊਟਨ ਠੀਕ ਹੈ ਜੀ 3 ਨਿਊਟਨ ਇੰਟੂ ਪਰਪੈਂਡੀਕੂਲਰ ਡਿਸਟੈਂਸ ਆ ਦੇਖੋ O ਦੇ ਅਬਾਊਟ ਮੂਮੈਂਟ ਲੈਣਾ ਉਹ ਤੋਂ ਪਰਪੈਂਡੀਕੂਲਰ ਡਰਾ ਕੀਤਾ ਉਹ ਐਲ 4 3 ਨਿਊਟਨ ਪਰਪੈਂਡੀਕੂਲਰ ਡਿਸਟੈਂਸ 2 ਨਿਊਟਨ दैट इज ਵੈਲ ਥੈਨ ਹਾਂ ਇੱਕ ਹੋਰ ਚੀਜ਼ ਕਿ ਜੇ ਅਸੀਂ ਡਾਇਰੈਕਸ਼ਨ ਵੀ ਦੇਖਣੀ ਆ ਉਹ ਦੇਬਾਊਟ ਐਂਟੀਕਲੌਕਵਾਇਜ਼ ਇਸ ਕਰਕੇ ਪੋਜ਼ਿਟਿਵ ਉਸ ਤੋਂ ਬਾਅਦ 6 ਨਿਊਟਨ ਦੀ ਡਾਇਰੈਕਸ਼ਨ 네ਗੇਟਿਵ ਆ -6 ਇਹਦਾ ਪਰਪੈਂਡੀਕੂਲਰ ਡਿਸਟੈਂਸ ਉਹ ਦੇਬਾਊਟ ਮੂਵਮੈਂਟ ਲੈਣਾ -6 into perpendicular distance om om then four force is the direction me clockwise e bhi negative e da perpendicular distance dekho e da force ja rahi hai us us point to us line of action de upar perpendicular draw karo wo agaya wo l dash idai 9 ਨਿਊਟਨ ਫੋਰਸ ਇਹ ਲਾਈਨ ਆਫ ਐਕਸ਼ਨ ਹੈ ਫੋਰਸ ਦਾ ਇੱਥੋਂ ਅਸੀਂ ਪਰਪੈਂਡੀਕੂਲਰ ਉਹ ਤੋਂ ਪਰਪੈਂਡੀਕੂਲਰ ਡਰਾ ਕਰਨਾ ਉਸ ਲਾਈਨ ਆਫ ਐਕਸ਼ਨ ਦੇ ਉੱਪਰ ਉਹ ਆ ਗਿਆ OM ਡੈਸ਼ ਇਹਦੀ ਜਿਹੜੀ ਡਾਇਰੈਕਸ਼ਨ ਸੀ ਉਹ ਐਂਟੀਕਲੌਕਵਾਇਜ਼ ਕਿਉਂਕਿ ਇਹਦਾ ਯਾਰੋ نیچے ਨੂੰ ਇਹਦੀ ਡਾਇਰੈਕਸ਼ਨ ਹੋ ਗਈ ਐਂਟੀਕਲੌਕਵਾਇਜ਼ ਹੋਏ ਆ ਗਿਆ ਪੋਜ਼ਿਟਿਵ OL ਦੀ ਵੈਲਿਊ 2 OM 2 ਵੈਲ ਡੈਸ਼ 2 OM ਡੈਸ਼ ਵੀ 2 ਵੈਲਿਊ ਪੁੱਟ ਕਰ ਦੋ ਆਨਸਰ ਆ ਗਿਆ 4 ਨਿਊਟਨ ਮੀਟਰ ਸਿਮਟਰੀ ਲਈ ਹੁਣ ਇਦਾਂ ਹੀ ਅਸੀਂ A ਦੇ ਬਾਊਟ ਮੂਮੈਂਟ ਲੈਣਾ ਠੀਕ ਹੈ ਜੀ ਇੱਥੇ ਸੈਂਟਰ ਸੀ ਇਹ 3 ਨਿਊਟਨ 6 ਨਿਊਟਨ ਸੇਮ ਡਾਇਗਰਾਮ ਇਹ ਹੋ ਗਈ 9 ਨਿਊਟਨ A ਦੇ ਅਬਾਊਟ ਮੂਮੈਂਟ ਲੈਣਾ ਠੀਕ ਹੈ ਜੀ ਹੁਣ 3 ਨਿਊਟਨ ਦਾ ਅਸੀਂ ਮੂਮੈਂਟ A ਦੇ ਬਾਊਟ ਲਾਵਾਂਗੇ A ਦੇ ਅਬਾਊਟ ਹੁਣ ਪਰਪੈਂਡੀਕਲ ਡਿਸਟੈਂਸ ਤਾਂ ਹੈ ਹੀ ਨਹੀਂ ਕਿਉਂਕਿ ਉਹ ਫੋਰਸ ਉਹਦੇ ਵਿੱਚੋਂ ਹੀ ਪਾਸ ਕਰਦੀ ਪਈ ਹੈ ਜਦੋਂ ਵੀ ਫੋਰਸ ਉਸ ਪੁਆਇੰਟ ਤੋਂ ਪਾਸ ਕਰ ਰਹੀ ਹੈ ਜੋ ਉਸ ਲਾਈਨ ਆਫ ਐਕਸ਼ਨ ਦੇ ਉੱਤੇ ਹੀ ਆ ਉਸ ਕੇਸ ਵਿੱਚ ਉਹਦਾ ਪਰਪੈਂਡੀਕਲ ਡਿਸਟੈਂਸ ਜ਼ੀਰੋ ਹੋਣਾ ਠੀਕ ਹੈ ਸੋ ਮੂਮੈਂਟ ਵੀ ਆ ਜਾਏਗਾ ਜ਼ੀਰੋ ਇਦਾਂ ਹੀ ਅਸੀਂ ਹੁਣ 6 ਨਿਊਟਨ ਦਾ ਮੂਮੈਂਟ ਲਵਾਂਗੇ ਇਸ 6 ਨਿਊਟਨ ਫੋਰਸ ਜਾ ਰਹੀ ਆ ਉਹਦਾ ਲਾਈਨ ਆਫ ਐਕਸ਼ਨ ਹੈ ਆ ਇਸ ਲਾਈਨ ਆਫ ਐਕਸ਼ਨ ਦੇ ਉੱਪਰ ਇਸ ਲਾਈਨ ਆਫ ਐਕਸ਼ਨ ਦੇ ਉੱਪਰ A ਦੇ ਅਬਾਊਟ ਮੂਮੈਂਟ ਲੈ ਰਹੇ ਆ ਇਸ ਕਰਕੇ A ਤੋਂ ਪਰਪੈਂਡੀਕਲ ਡਰਾ ਕਰੋ ਕੀ ਆ ਗਿਆ A B AB ਇਦਾਂ ਹੀ ਡਾਇਰੈਕਸ਼ਨ ਇਹਦੀ ਸੀ ਕਲੌਕਵਾਇਜ਼ 6 ਨਿਊਟਨ ਦੀ ਡਾਇਰੈਕਸ਼ਨ ਕਲੌਕਵਾਇਜ਼ ਇਸ ਕਰਕੇ ਇੱਥੇ ਆਣਾ ਸੀ ਮਾਈਨਸ 6 ਐਦਾਂ ਹੀ 4 ਦੀ ਡਾਇਰੈਕਸ਼ਨ ਵੀ ਕਲੌਕਵਾਇਜ਼ ਮਾਈਨਸ 4 ਮਾਈਨਸ 4 ਇਹ ਲਾਈਨ ਆਫ ਐਕਸ਼ਨ ਹੈ ਆ ਜਾ ਰਹੀ 4 ਸਿੱਧਾ A ਤੋਂ ਪਰਪੈਂਡੀਕਲ ਡਰਾ ਕਰੋ ਉਹ ਆ ਗਿਆ AD AD ਪਰਪੈਂਡੀਕਲ ਹੋ ਗਿਆ ਦੈਨ 9 9 ਫੋਰਸ ਵੀ ਉਸੇ ਪੁਆਇੰਟ ਚੋਂ ਪਾਸ ਕਰਦੀ ਆ ਜਿਹਦੇ ਬਾਊਡ ਮੂਵਮੈਂਟ ਲੈਣਾ ਇਹਦਾ ਪਰਪੈਂਡੀਕਲ ਡਿਸਟੈਂਸ ਹੋਏਗਾ 0 ਠੀਕ ਹੈ ਜੀ 0 ਜਦੋਂ ਵੀ ਉਹ ਪੁਆਇੰਟ ਲਾਈਨ ਆਫ ਐਕਸ਼ਨ ਦੇ ਉੱਪਰ ਹੀ ਹੋਵੇ ਉਸ ਕੇਸ ਵਿੱਚ ਮੂਮੈਂਟ ਪਰਪੈਂਡੀਕੂਲਰ ਡਿਸਟੈਂਸ ਜ਼ੀਰੋ ਹੋਣਾ ਇਸ ਕਰਕੇ ਮਲਟੀਪਲਾਈ ਕਰਕੇ ਮੂਮੈਂਟ ਵੀ ਜ਼ੀਰੋ ਹੋਣਾ ਸਿੰਪਲੀਫਾਈ ਕਰ ਲਓ ਵੈਲਿਊ ਪੁੱਟ ਕਰਕੇ ਏ ਬੀ ਦੀ ਵੈਲਿਊ 4 ਹੈ ਕਿਉਂਕਿ ਸਾਈਡ 4 ਥ ਗਿਵਨ ਦਿੱਤੀ ਹੋਈ ਆਪਾਂ ਨੂੰ ਸਾਈਡ 4 ਇਹ ਵੀ ਸਾਈਡ 4 ਇਹ ਵੀ ਸਾਈਡ 4 ਵੈਲਿਊ ਪੁੱਟ ਕਰ ਦੋ ਆਨਸਰ ਆ ਗਿਆ -40 ਨਿਊਟਨ ਇਸ ਤੋਂ ਬਾਅਦ ਅਸੀਂ ਕੁਐਸਚਨ ਨੰਬਰ 5 ਕਰਾਂਗੇ ਉਹਦੇ ਵਿੱਚ ਵੀ ਸਕੁਅਰ ਹੀ ਗਿਵਨ ਹੈ ਏ ਬੀ ਸੀ ਡੀ ਇਜ਼ ਅ ਸਕੁਅਰ ਥਰੀ ਫੋਰਸਸ ਈਚ ਆਫ ਮੈਗਨੀਚੂਡ ਪੀ ਐਕਟ ਅਲੋਂਗ ਡੀ ਏ ਡੀ ਟੂ ਏ ਏ ਬੀ ਬੀ ਸੀ ਏ ਫੋਰਥ ਫੋਰਸ ਏ ਥਰੀ ਗਿਵਨ ਸੀ ਫੋਰਥ ਫੋਰਸ ਮੈਗਨੀਚੂਡ 2 ਪੀ ਐਕਟ ਅਲੋਂਗ ਸੀ ਡੀ ਫਾਈਂਡ ਪੁਆਇੰਟ ਔਨ ਏ ਡੀ ਸੱਚ ਦੈਟ ਅਲਜਬਰਿਕ ਸਮ ਆਫ ਮੂਵਮੈਂਟਸ ਆਫ ਫੋਰਸਸ ਅਬਾਊਟ ਇਟ ਵੈਨਿਸ਼ਸ ਇਹ ਆਪਾਂ ਸ਼ੋ ਕਰਨਾ ਸਕੇਅਰ ਗਿਵਨ ਹੈ ਹਾਂਜੀ ਸਾਨੂੰ स्क्वायर गिवन है अगेन सानू एक स्क्वायर गिवन है ये स्क्वायर है ये एक्स एक्सिस वाई एक्सिस ਤੇ ਅਸੀਂ ए बी सी डी स्क्वायर ਬਣਾ ਲਿਆ ਕੀ ਸੀ गिवन ਉਹਨਾਂ ਇਹ ਕਿਆ ਸੀ ਕਿ 3 ਫੋਰਸ ਜਿਨ੍ਹਾਂ ਦਾ ਮੈਗਨਿਚਿਊਡ 2p ਆ 2p ਕਿਧਰ ਕਿਧਰ ਐਕਟ ਕਰਨੀਆਂ ਉਹ ए बी ਵੱਲ ए बी ਵੱਲ ਕਿਆ ਉਹਨਾਂ ਨੇ ਇੱਕ ਡੀ ਟੂ ए ਵੱਲ ਡੀ ਟੂ ए ਵੱਲ ਵੀ ਸਾਨੂੰ ਫੋਰਸ ਸੋਰੀ ਪੀ গিਵਨ ਆ 2ਪੀ ਨੇ ਪੀ গিਵਨ ਆ ਪੀ ਇਧਰ ਤੇ ਪੀ ਇਧਰ ਇੱਕ ਫੋਰਸ b ਤੋਂ c ਵੱਲ ਵੀ ਪੀ গিਵਨ ਆ ਫਿਰ ਉਸ ਤੋਂ ਬਾਅਦ ਉਹਨਾਂ ਕਿਹਾ ਕਿ ਫੋਰਥ ਫੋਰਸ ਆਫ ਮੈਗਨੀਟਿਊਡ 2ਪੀ 2ਪੀ ਫੋਰਥ ਚੌਥੀ ਫੋਰਸ ਆ ਜਿਹੜੀ c ਤੋਂ d ਵੱਲ ਲੈਣੀ ਆ ਇਹ ਉਹਨਾਂ ਨੇ ਮੈਂਸ਼ਨ ਕੀਤਾ ਫਿਰ ਮੈਂ ਦੱਸ ਤੁਹਾਂ ਤਿੰਨ ਫੋਰਸ ਸੇਮ ਆ ਇੱਕ d ਤੋਂ a ਵੱਲ ਲੱਗਦੀ ਇੱਕ a ਤੋਂ b ਵੱਲ ਲੱਗਦੀ ਆ ਇੱਕ b ਤੋਂ c ਵੱਲ ਲੱਗਦੀ ਆ ਇਹ ਇਧਰ ਜਾ ਰਹੀ ਆ ਇਹ ਇਧਰ ਜਾ ਰਹੀ ਆ ਤੇ ਇਧਰ ਜਾ ਰਹੀ ਆ ਚੌਥੀ ਫੋਰਸ ਉਹਨਾਂ ਕਿਹਾ ਸੀ 2d ਵੱਲ ਜਾ ਰਹੀ ਹੈ ਉਹ ਆਪਾਂ ਲੈਣੀਆਂ 2p ਫਿਰ ਉਹਨਾਂ ਦਾ ਕੁਐਸਚਨ ਸੀ ਕਿ ਅ ਫਾਈਂਡ ਅਪਵਾਇੰਟ ਓਨ ਏਡੀ ਕਹਿੰਦੇ ਏ ਤੇ ਡੀ ਲਾਈਨ ਦੇ ਉੱਪਰ ਇੱਕ ਈ ਪੁਆਇੰਟ ਲਓ ਠੀਕ ਹੈ ਜੀ ਈ ਪੁਆਇੰਟ ਚੂਜ਼ ਕਰੋ ਫਾਈਂਡ ਪੁਆਇੰਟ ਏਡੀ ਓਨ ਅ ਫਾਈਂਡ ਅ ਪੁਆਇੰਟ ਓਨ ਏਡੀ ਸੱਚ ਦੈਟ ਅਲਜਬ੍ਰਿਕ ਸਮ ਆਫ ðiਰ ਮੂਵਮੈਂਟ ਆਫ ਫੋਰਸਸ ਵੈਨਿਸ਼ ਕਹਿੰਦੇ ਉਹ ਇਸ ਥਾਂ ਤੇ ਲੈਣਾ ਉਸ ਲਾਈਨ ਤੇ ਉਹ ਉਸ ਥਾਂ ਤੇ ਲੈਣਾ ਤਾਂ ਜੋ ਸਾਰੀਆਂ ਫੋਰਸ ਦੇ ਮੂਵਮੈਂਟ ਦਾ ਜੋੜ ਜ਼ੀਰੋ ਆ ਜਾਵੇ ਐਸਾ ਬਣਾ ਲੈਣਾ ਮੈਂ ਇੱਥੇ ਲੈ ਲਿਆ ਠੀਕ ਹੈ ਜੀ ਮੈਂ ਇੱਥੇ ਸਪੋਜ਼ ਕਰ ਲਿਆ ਕਿ ਇਹ ਪੁਆਇੰਟ ਇੱਥੇ ਹੈ ਤੇ ਇਹ ਇਹ ਅਸੀਂ ਮੈਂ ਮੰਨ ਲਿਆ ਕਿ ਏ ਤੋਂ ਈ ਦਾ ਡਿਸਟੈਂਸ ਐਕਸ ਹੈ ਟੋਟਲ ਅਸੀਂ ਜਿਹੜੀ ਸਾਈਡ ਆ ਉਹ ਏ ਮੰਨ ਲਈ গিਵਨ ਹੀ ਸੀ ਏ ਬੀ ਸੀ ਡੀ ਇਜ਼ ਅ ਸਕੁਅਰ ਸਾਈਡ ਨਹੀਂ ਸੀ গিਵਨ ਆਪਾਂ ਸੁਪੋਜ਼ ਕਰ ਲਾਂਗੇ ਕਿ ਸਾਈਡ ਏ ਆ ਇਹ ਵੀ ਇਹ ਵੀ ਏ ਇਹ ਵੀ ਏ ਤੇ ਇਹ ਵੀ ਏ ਇਹ ਤੋਂ ਦੀ ਡਿਸਟੈਂਸ ਏ ਆ ਹੁਣ ਜੇ ਮੈਂ ਏ ਤੋਂ ਇਹ ਡਿਸਟੈਂਸ ਐਕਸ ਪੋਜ਼ ਕਰ ਲਾਂ ਟੋਟਲ ਏ ਸੀ ਇਸ ਕਰਕੇ ਆ ਇਹਨਾਂ ਮਾਈਨਸ ਕਰ ਦਈਏ ਤੇ ਇਸ ਕਰਕੇ ਇਹ ਵਾਲਾ ਡਿਸਟੈਂਸ ਹੋ ਗਿਆ ਏ ਮਾਈਨਸ ਐਕਸ ਠੀਕ ਹੈ ਜੀ ਹੁਣ ਸਾਨੂੰ ਅ ਅਸੀਂ ਮੂਵਮੈਂਟ ਲਾਵਾਂਗੇ ਕਿ ਦੇਬਾਊਟ ਕਿਹਾ ਉਹਨਾਂ ਨੇ ਅਬਾਊਟ ਇਟ ਮਤਲਬ ਅਬਾਊਟ ਈ ਜਿਹੜਾ ਪੁਆਇੰਟ ਅਸੀਂ ਫਾਈਂਡ ਕਰਨਾ ਏਰੀਆ ਦੇ ਉੱਪਰ ਉਹਦੇ ਅਬਾਊਟ ਮੂਮੈਂਟ ਲੈਣਾ ਤੇ ਆਨਸਰ 0 ਆ ਵੈਨਿਸ਼ ਆ ਏ ギਵਨ ਆ ਮੈਂ ਕੀ ਕੀਤਾ ਏ ਬੀ ਸੀ ਡੀ ਇੱਕ ਸਕੁਅਰ ਮੰਨ ਲਿਆ ਜਿਹਦੀ ਸਾਈਡ ਏ ਆ ਠੀਕ ਹੈ ਜੀ ਆ ਮੈਂ ਹੁਣੇ ਸਮਝਾ ਚੁੱਕਿਆ ਤੁਹਾਨੂੰ ਕਿ ਏ ਈ ਆਪਾਂ ਐਕਸ ਲਿਆ ਸੀ ਡਾਇਗ੍ਰਾਮ ਤੁਹਾਨੂੰ ਮੈਂ ਪਹਿਲਾਂ ਦਿਖਾ ਚੁੱਕਿਆ ਹਾਂ ਡੀ ਈ ਏ ਮਾਈਨਸ ਐਕਸ ギਵਨ ਕੀ ਆ ਕਿ ਅਲਜੈਬਰਿਕ ਸੰ ਸਾਰੀਆਂ ਫੋਰਸਸ ਦਾ ਸੰ ਕਿਹਦੇ ਅਬਾਊਟ ਅਬਾਊਟ ਇਟ ਮਤਲਬ ਉਹੀ ਉਹੀ ਪੁਆਇੰਟ ਈ ਜਿਹੜਾ ਅਸੀਂ ਫਾਈਂਡ ਕਰਨਾ ਜਦੋਂ ਉਸਦੇ ਬਾਟ ਮੂਮੈਂਟ ਲਾਵਾਂਗੇ ਤੇ ਆਨਸਰ ਜ਼ੀਰੋ ਆਣਾ ਇਹ ਹੁਣ 기ਵਨ ਸੀ ਹੁਣ ਜੋ ਡਾਇਗ੍ਰਾਮ ਤੇ ਆ ਮੈਂ ਦਿਖਾਉਣ ਦੀ ਕੋਸ਼ਿਸ਼ ਜੇ ਕਰਾਂ ਡਾਇਗ੍ਰਾਮ ਜੇ ਆਪਾਂ ਦੇਖੀਏ ਆ ਵਾਲੀ ਹੁਣ ਅਸੀਂ ਸਭ ਤੋਂ ਪਹਿਲਾਂ ਇਸ ਪੀ ਫੋਰਸ ਦੀ ਮੂਮੈਂਟ ਲਾਵਾਂਗੇ ਇਸ ਪੀ ਫੋਰਸ ਦੀ ਮੂਮੈਂਟ ਈ ਦੇਬਾਊਟ ਲੈਣੀ ਆ ਇਹ ਫੋਰਸ ਜਾ ਰਹੀ ਆ ਇਹ ਉਹਦਾ ਲਾਈਨ ਆਫ ਐਕਸ਼ਨ ਇਦਾਂ ਜਾ ਰਹੀ ਆ ਇਹ ਫੋਰਸ ਈ ਦੇਬਾਊਟ ਮੂਮੈਂਟ ਲੈਣਾ ਜੇ ਈ ਦੇਬਾਊਟ ਮੂਮੈਂਟ ਲੈਣਾ ਤਾਂ ਈ ਤੋਂ ਪਰਪੈਂਡੀਕਲ ਡਰਾ ਕਰਨਾ ਪੈਣਾ ਇਸ ਲਾਈਨ ਆਫ ਐਕਸ਼ਨ ਦੇ ਉੱਪਰ ਤੇ ਮੈਂ ਕੀ ਕੀਤਾ ਈ ਤੋਂ ਜਦੋਂ ਪਰਪੈਂਡੀਕਲ ਡਰਾ ਕੀਤਾ ਉਹ ਕੀ ਆ ਗਿਆ ਈ ਇਹ ਤਾਂ ਦੇਖੋ ਪੀ ਇੰਟੂ ਏ ਈ ਡਾਇਰੈਕਸ਼ਨ ਕਿਹੜੀ ਆ ਇਹਦੀ ਆ ਦੇਖੋ ਪੀ ਫੋਰਸ ਇਦਾਂ ਜਾ ਰਹੀ ਨਾ ਇਦਾਂ ਇਹਨੇ ਰੋਟੇਟ ਹੋਣਾ ਈ ਦੇਬਾਊਟ ਇਸ ਕਰਕੇ ਹੋ ਗਿਆ b a ਇਥੇ ਡਾਇਰੈਕਸ਼ਨ ਐਂਟੀਕਲੌਕਵਾਇਜ਼ ਦੇ ਇਸ ਕਰਕੇ ਪੋਜ਼ਿਟਿਵ ਉਸ ਤੋਂ ਅਗਲੀ ਫੋਰਸ ਆ ਇਹ ਵਾਲੀ p ਇਹ ਵੀ p ਹੈ bc ਦੇ ਅਲੋਂਗ ਹੁਣ ਅਜੇ ਦੇਖੀਏ e ਦੇ ਬੌਟ ਮੂਵਮੈਂਟ ਲੈਣਾ e ਤੋਂ ਪਰਪੈਂਡੀਕਲ ਡਰਾ ਕਰਨਾ ਇਸ ਲਾਈਨ ਉਫ ਐਕਸ਼ਨ ਦੇ ਉੱਪਰ ਉਹ ਕੀ ਆਣਾ ਇਹ ਵਾਲਾ ਆਣਾ ਇਹ ਵਾਲਾ ਇਹ ਬਿਲਕੁਲ ਉਹਨਾ ਵਾਂ ਜਨਾ ab ਆ ਜਾਂ ਜਨਾ dc ਆ ਠੀਕ ਹੈ ਜੀ ਇਸ ਕਰਕੇ eb ਲਿਖ ਲਓ ਭਾਵੇਂ ਤੇ ਡਾਇਰੈਕਸ਼ਨ ਜਦੀ ਵੀ ਐਂਟੀਕਲੌਕਵਾਇਜ਼ ਆ ਉਸ ਤੋਂ ਬਾਅਦ ਫੋਰਸ 2p ਜੋ ਸੀਡੀ ਦੇ along ਗਿਆ ਇਹ ਵਾਲੀ ਠੀਕ ਹੈ ਜੀ ਇਹ ਹੁਣ ਸਾਡਾ ਲਾਈਨ ਆਫ ਐਕਸ਼ਨ ਹੈ ਫੋਰਸ ਇਦਾਂ ਜਾ ਰਹੀ ਆ ਤੇ ਇਹ ਦੇ ਅਬਾਊਟ ਮੂਵਮੈਂਟ ਲੈਣਾ ਫਿਰ ਅਸੀਂ E ਤੋਂ ਇਸ ਲਾਈਨ ਆਫ ਐਕਸ਼ਨ ਦੇ ਉੱਪਰ ਪਰਪੈਂਡੀਕਲ ਡਰਾ ਕਰਨਾ ਉਹ ਕੀ ਆ ਗਿਆ ED ਜਿਹੜਾ ਕਿ ਆਪਾਂ ਦੱਸਿਆ ਹੋਇਆ ਕਿ a x ਆ ਆ ਦੇਖੋ 2p a x ਫਿਰ ਲਾਸਟ ਜਿਹੜੀ ਫੋਰਸ ਰਹਿ ਗਈ ਇਸ ਲਾਈਨ ਆਫ ਐਕਸ਼ਨ ਦੇ ਉੱਪਰ ਆ p ਦੇਖੋ ਪੀ ਬਿਲਕੁਲ ਉਹਦੇ ਵਿੱਚੋਂ ਹੀ ਪਾਸ ਕਰਦੀ ਪਈ ਆ ਇਸ ਕਰਕੇ ਉਹ ਆ ਗਿਆ 0 ਇਹਨੂੰ ਹੁਣ ਸਿੰਪਲੀਫਾਈ ਕਰਾਂਗੇ a e ਦੀ ਵੈਲਿਊ x ਆ a b ਦੀ a ਆ d e ਤੁਸੀਂ ਡਾਇਗ੍ਰਾਮ ਚੋਂ ਦੇਖ ਲਓ a x ਆ ਇੱਥੋਂ ਅਸੀਂ x ਕੈਲਕੂਲੇਟ ਕਰ ਲਿਆ ਤਾਂ x ਦੀ ਵੈਲਿਊ ਆ ਗਈ 3 ਜਨੀ ਸਾਈਡ ਹੋਏਗੀ ਸਕੁਅਰ ਦੀ ਠੀਕ ਹੈ ਜੀ ਹੁਣ ਸਾਨੂੰ ਇਹ ਪਤਾ ਚੱਲ ਗਿਆ ਕਿ e ਪੁਆਇੰਟ ਕਿੱਥੇ ਆ ਉਹ a d ਤੇ ਆ ਜਿਹੜੀ ਕਿ 3 ਜਨੀ ਸਾਈਡ ਆ ਮਤਲਬ ਕਿ ਜੇ ਮੈਂ ਤੁਹਾਨੂੰ ਡਾਇਗਰਾਮ ਦਿਖਾਵਾਂ ਡਾਇਗਰਾਮ ਧਿਆਨ ਨਾਲ ਦੇਖੋ ਇਨੀ ਸਾਈਡ ਹੋਗੀ A ਇਹ ਹੋਗੀ 2A ਇਹ ਹੋਗੀ 3A ਮਤਲਬ ਸੇਮ ਲਾਈਨ ਆਫ ਐਕਸ਼ਨ ਦੇ ਉੱਪਰ ਇਹ ਉੱਪਰ ਕਿਤੇ ਜਾ ਕੇ ਇੱਥੇ ਕਿਤੇ ਪੁਆਇੰਟ ਹੋਏਗਾ ਠੀਕ ਹੈ ਜੀ ਇਹੀ ਅਸੀਂ ਕੈਲਕੂਲੇਟ ਕਰਨਾ ਸੀ ਕਿ ਉਸ ਲਾਈਨ ਆਫ ਐਕਸ਼ਨ ਦੇ ਉੱਪਰ ਕਿੱਥੇ ਜਾ ਕੇ ਪੁਆਇੰਟ ਆਣਾ ਤਾਂ ਜੋ ਉਹਦੇ ਬੋਟਮ ਮੋਡ ਲੈਣ ਤੇ ਆਂਸਰ ਵੈਨ ਚਾਜ ਹੋਵੇ